ਤਾਂ ਬ੍ਰੇਕ ਤੋਂ ਬਾਅਦ ਸਵਾਗਤ ਹੈ। ਹੁਣ ਗੱਲ ਕਰਦੇ ਹਾਂ ਗੁਲਾਬੀ ਸੁੰਡੀ ਦੀ। ਗੁਲਾਬੀ ਸੁੰਡੀ ਤੋਂ ਨਿਜਾਤ ਲਈ ਰੋਡ ਮੈਪ ਤਿਆਰ ਕੀਤਾ ਗਿਆ। ਪੰਜਾਬ ਸਰਕਾਰ ਨੇ ਕੰਪਨੀ ਦੇ ਨਾਲ ਸਮਝੌਤਾ ਕੀਤਾ ਔਰ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਦਾ ਇਹ ਦਾਅਵਾ ਕਿ ਖਾਸ ਦਵਾਈ ਦੇ ਨਾਲ ਘੱਟ ਹੋ ਜਾਵੇਗੀ ਸੁੰਡੀ ਦੀ ਪੈਦਾਵਾਰ। ਇੱਕ ਏਕੜ ਵਿੱਚ ਸਿਰਫ ਇੱਕ ਟਿਊਬ ਦਵਾਈ ਹੀ ਲੱਗੇਗੀ, ਇੱਕ ਹਫ਼ਤੇ ਤੱਕ ਮਿਲ ਜਾਵੇਗੀ ਗਿਰਦਾਵਰੀ ਦੀ ਰਿਪੋਰਟ। ਔਰ ਪਰਾਲੀ ਦੀ ਸਮੱਸਿਆ ਤੋਂ ਨਿਜਾਤ ਦੇ ਲਈ ਕੇਂਦਰ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਤਾਂ ਜੇਕਰ ਨਰਮੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਗੁਲਾਬੀ ਸੁੰਡੀ ਦੀ ਮਾਰ ਦੇ ਹੇਠ ਲਗਾਤਾਰ ਕਿਸਾਨ ਵੀ ਪਰੇਸ਼ਾਨ ਨੇ। ਔਰ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਬਠਿੰਡਾ ਏਰੀਆ ਦੌਰਾ ਕੀਤਾ ਗਿਆ ਸੀ, ਤਾਂ ਹੁਣ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਦੇ ਵੱਲੋਂ ਇੱਕ ਇਸ ਦਾ ਨਿਜਾਤ ਪਾਉਣ ਦਾ ਹੱਲ ਲੱਭਿਆ ਗਿਆ। ਬਕਾਇਦਾ ਇੱਕ ਕੰਪਨੀ ਦੇ ਨਾਲ ਕਰਾਰ ਕੀਤਾ ਗਿਆ ਜਿਹੜੀ ਕਿ ਗੁਲਾਬੀ ਸੁੰਡੀ ਦੇ ਨਾਲ ਜਿਸਦੇ ਕਿ ਜਿਹੜੀ ਪੈਦਾਵਾਰ ਉਹ ਘਟੇਗੀ। ਤੁਹਾਨੂੰ ਦੱਸ ਦਈਏ ਕਿ ਪਰਾਲੀ ਦੀ ਸਮੱਸਿਆ ਤੋਂ ਵੀ ਨਿਜਾਤ ਪਾਉਣ ਦੇ ਲਈ ਕੇਂਦਰ ਦੇ ਨਾਲ ਗੱਲਬਾਤ ਜਾਰੀ ਹੈ। ਇੱਕ ਟਿਊਬ ਜਿਸਦਾ ਕਿ ਜ਼ਿਕਰ ਕੀਤਾ ਖੇਤੀਬਾੜੀ ਮੰਤਰੀ ਦੇ ਵੱਲੋਂ, ਇੱਕ ਟਿਊਬ ਇੱਕ ਦਵਾਈ ਹੈ ਜਿਹੜੀ ਕਿ ਇੱਕ ਏਕੜ ਦੇ ਵਿੱਚ ਸਿਰਫ ਇੱਕ ਹੀ ਟਿਊਬ ਲੱਗੇਗੀ ਜਿਸਦੇ ਨਾਲ ਜਿਹੜੀ ਗੁਲਾਬੀ ਸੁੰਡੀ ਹੈ ਉਹ ਘੱਟ ਜਾਵੇ ਕਾਫੀ ਹੱਦ ਤੱਕ ਔਰ ਨਾ ਦੇ ਬਰਾਬਰ ਚਲੇ ਜਾਵੇਗੀ। ਔਰ ਇਸ ਤੋਂ ਬਿਨਾਂ ਕਿਉਂਕਿ ਪਰਾਲੀ ਨੂੰ ਲਗਾਤਾਰ ਦੇਖਦੇ ਹਾਂ ਕਿ ਆਪਾਂ ਸਟਬਲ ਬਰਨਿੰਗ ਦਾ ਇਸ਼ੂ ਵੀ ਕਾਫੀ ਜ਼ਿਆਦਾ ਗਰਮਾਉਂਦਾ, ਔਰ ਪਰਾਲੀ ਦੀ ਸਮੱਸਿਆ ਤੋਂ ਵੀ ਨਿਜਾਤ ਦੇ ਲਈ ਲਗਾਤਾਰ ਕੇਂਦਰ ਦੇ ਨਾਲ ਗੱਲਬਾਤ ਚੱਲ ਰਹੀ ਹੈ। ਇਸ ਗੱਲ ਦਾ ਵੀ ਜ਼ਿਕਰ ਖੇਤੀਬਾੜੀ ਮੰਤਰੀ ਨੇ ਕੀਤਾ। ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵੱਡਾ ਨੁਕਸਾਨ ਕੀਤਾ, ਕਪਾਹ ਦੀ ਫਸਲ 'ਤੇ ਵੱਡਾ ਨੁਕਸਾਨ ਹੋਇਆ। ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਹੁਣ ਨਵੀਂ ਟੈਕਨੋਲੋਜੀ ਵੱਲ ਵੱਧ ਰਹੀ ਹੈ ਤਾਂ ਕਿ ਅੱਗੇ ਤੋਂ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਹਾਲਾਂਕਿ ਇਸ ਵਾਰ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਵੀ ਗੱਲ ਹੋ ਰਹੀ ਹੈ। ਸਾਡੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਜੀ ਨੇ। ਮੰਤਰੀ ਸਾਹਿਬ, ਕਿਸ ਤਰ੍ਹਾਂ ਹੁਣ ਇਸ ਜਿਹੜੀ ਮੁਸ਼ਕਲ ਹੈ, ਮੁਸੀਬਤ ਆ, ਇਸ ਦੇ ਨਾਲ ਨਜਿੱਠਿਆ ਜਾਵੇਗਾ? ਕਿਸ ਟੈਕਨੋਲੋਜੀ 'ਤੇ ਹੁਣ ਕੰਮ ਹੋ ਰਿਹਾ? ਤੁਹਾਡੀ ਅੱਜ ਇੱਕ ਮੀਟਿੰਗ ਹੋਈ ਹੈ। ਅੱਜ ਇੱਕ ਪ੍ਰੈਜੈਂਟੇਸ਼ਨ ਸੀਗੀ ਜਿਹਦੇ ਅਧੀਨ ਪਹਿਲਾਂ ਟਰਾਇਲ ਹੋ ਚੁੱਕੇ ਹਨਗੇ, ਔਰ ਇਹ ਟਰਾਇਲਾਂ ਦਾ ਕਾਫੀ ਅਸੀਂ ਫਾਇਦਾ ਦੇਖਿਆ ਹੈਗਾ, ਚਾਹੇ ਉਹ ਅਮਰੀਕਾ ਸੀਗਾ, ਚਾਹੇ ਆਸਟ੍ਰੇਲੀਆ ਸੀਗਾ। ਔਰ ਅੱਜ ਇਹ ਵੀ ਜਾਣਕਾਰੀ ਮਿਲੀ ਡਾਕਟਰ ਮਾਰਕੰਡੇ ਵੱਲੋਂ ਕਿ ਇਹ ਲਗਭਗ ਦੋ ਜ਼ਿਲ੍ਹਿਆਂ 'ਚ, ਬਠਿੰਡੇ ਅਤੇ ਮੁਕਤਸਰ, ਬਹੁਤ ਛੋਟੇ ਰਕਬਿਆਂ 'ਤੇ ਇਸ ਦਾ ਟਰਾਇਲ ਪਿਛਲੇ ਦੋ ਸਾਲ ਦਾ ਹੋਇਆ, ਔਰ ਫਾਇਦਾ ਵੀ ਕਿਸਾਨ ਨੂੰ ਸਾਡਾ ਕਾਫੀ ਹੋਇਆ। ਤਕਰੀਬਨ 30% ਜਾਂ 30% ਉਹਨਾਂ ਦੀ ਪੈਦਾਵਾਰ ਵਧੀ ਹੈ। ਔਰ ਇਹ ਜਿਹੜੀ ਦਵਾਈ ਹੈਗੀ ਨੈਟਮੇਟ ਪਿੰਕ ਬੋਲਵਰਮ ਦੇ ਅਧੀਨ, ਇਹ ਇਹਨਾਂ ਨੇ ਜਿਵੇਂ ਡਰੋਪਲੈਟ ਲਗਾਈ ਦੇ ਹੁੰਦੇ ਆ, ਇਹ ਕਿਉਂਕਿ ਮੀਟਿੰਗ ਘਟਾਉਣ ਨੂੰ ਮੇਲ ਅਤੇ ਫੀਮੇਲ ਦੀ, ਜਿਹਦੇ ਕਰਕੇ ਐਗਸ ਲੇ ਕਰਦੇ ਹਨਗੇ, ਅੰਡੇ ਜਿਹੜੇ ਫੁੱਲ 'ਚ ਜਾ ਕੇ ਦੇ ਦਿੰਦੇ ਜਾਂ ਆਪਾਂ ਟਿੰਡੇ 'ਚ ਦੇ ਦਿੰਦੇ, ਉਹ ਕਨਫਿਊਜ਼ਨ ਦੇ ਅਧੀਨ ਜਿਹੜੀ ਉਹਨਾਂ ਦਾ ਮੇਲ ਅਤੇ ਫੀਮੇਲ ਦਾ ਲਾਈਫ ਸਰਕਲ ਜਾਂ ਲਾਈਫ ਸਪੈਨ ਹੁੰਦਾ, 3-4 ਦਿਨ ਦਾ ਹੁੰਦਾ, ਇਹ ਉਹਨੂੰ ਕਨਫਿਊਜ਼ ਕਰਕੇ ਰੋਕਦੇ ਹਾਂ। 100% ਦੀ ਮੀਟਿੰਗ ਮੈਂ ਨਹੀਂ ਕਹਿ ਸਕਦਾ ਕਿ ਰੁਕ ਸਕਦੀ, ਲੇਕਿਨ ਜੇ ਮੀਟਿੰਗ ਤਕਰੀਬਨ 5% ਰਹਿ ਜਾਂਦੀ ਹੈ ਤਾਂ ਜਿੱਥੇ ਮਿਲੀਅਨਸ ਆਫ ਪੈਸ ਪੈਦਾ ਹੁੰਦੇ ਹਨਗੇ ਜਾਂ ਮੇਲ ਫੀਮੇਲ ਪੈਦਾ ਹੁੰਦੇ, ਉਹਦੇ ਨਾਲ ਘੱਟ ਤੋਂ ਘੱਟ ਕੁਛ